ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂੰ ਵੇ ਬਾਬਾ 50 ਰੁਪਏ ਥੋੜੀ ਰੇਟ ਮੇਰਾ ਵਾਦੇ ਆ ਗਈ ਰੋਡ ਵੇ ਜਿੱਦੀ ਲਾਰੀ ਆ ਕੁਛ ਹਿੱਸਾ ਨਾ ਕੋਈ ਬਾਰੀ ਇਹਦੇ ਕਿਹੜੇ ਰੂਟ ਦੀ ਤਿਆਰੀ ਹਾਂ ਵੀ ਅੱਜ ਕਿੱਧਰ ਜਾ ਰਿਹਾ ਜੇ ਅਸੀਂ ਚੱਲੇ ਵੀਰੇ ਹਰਾ ਲੈਣਾ ਹਰਾ ਮਤਲਬ ਕੀ ਖਾਸਾ ਵੱਡਾ ਤੇ ਬੰਦੇ ਖਾਸੇ ਜਾਣੇ ਪੈਣੇ ਆ ਦੇ ਕੱਟ ਕੱਟ ਟਰਾਲੀ ਬਾਹਰ ਕੱਢ ਪਹਿਲੇ ਤੇਰੇ ਵਾਲੀ ਬੈਠ ਟਰਾਲੀ ਹਰੇ ਦੀ ਲੈਣੀ ਹੈ ਪਰ ਅੱਜ ਭਾਜੀ ਹਾਂ ਬੰਦੇ ਚਾਰ ਗਏ ਦਾਤ ਇੱਕ ਹੈ ਤੈਨੂੰ ਮੈਂ ਫੇਰ ਮਿਲਾਂਗੀ ਦੇਖ ਮੜਾ ਇਹ ਬੰਦੇ ਪਰਾਂ ਹੋ ਜਾ ਕਦੇ ਕਦੇ ਆਉਂਦੇ ਦੁਕਾਨਾਂ ਤੇ ਇਹਦੇ ਵੀ ਬੜੇ ਛਿੱਕੇ ਚੱਲਦੇ ਨੇ ਆ ਗਿਆ ਬਾਈ ਬਾਰਡਰ ਪਾਕਿਸਤਾਨ ਦਾ ਪੱਛਾ ਮੈਨੂੰ ਜਾਣਦਾ ਪਾਕਿਸਤਾਨ ਦਾ ਆ ਗਿਆ ਮੱਥਾ ਟੇਕ ਕੇ ਵੜਨਾ ਅੰਦਰ ਬਾਈ ਅਰਦਾਸ ਕਰਕੇ ਵੀ ਹਰਾ ਵੱਢਣਾ ਹੈ ਆਟੋਮੈਟਿਕ ਬੰਦ ਹੋ ਜਾਊਗਾ ਛੇਤੀ ਆ ਜਾਓ ਟਾਈਮ ਲੱਗਿਆ ਹੋਇਆ ਤੈਨੂੰ ਪਤਾ ਠੰਡ ਚ ਮਿਕਸ ਠੀਕ ਰਹੂਗਾ ਇੱਥੇ ਲਾ ਲਾ ਸਟੇਜ ਚੱਕਰ ਪਾਤਾ ਦਿੰਨੇ ਬਹੁਤ ਸਿਸਟਮ ਲਜਾਤਾ ਦਿੰਨੇ ਇੰਨੇ ਤੋਂ ਕਹਿੰਦੇ ਬੱਕਰੇ ਕਿ ਨੀ ਗੱਠਾ ਬੰਨੀ ਹੁੰਦੀਆਂ ਹਾਂ ਜਿੰਨੀ ਇੱਥੇ ਬੰਨਦੇ ਆ ਆ ਦਾਤੀ ਵੀ ਮੋਸਰ ਕੀ ਕਰਦੀ ਗੱਲੇ ਕਰਦੇ ਹੋਰ ਕੁੱਟ ਮਸ਼ੀਨ ਇਹ ਕਹਿੰਦੇ ਕੌਣ ਹੈ ਮਿੱਟੀ ਚੱਕ ਮਸ਼ੀਨ ਆ ਗਈ ਹੜ ਜੋ ਪਾਸੇ ਮਲੰਗ ਇਕੱਠੇ ਹੋਏ ਸੋਫਾ ਵੀ ਹੈਗਾ ਉਹਦੇ ਤੈਨੂੰ ਦੇਖਣਾ ਵੀ ਕੀ ਕਰਨਾ ਤੈ ਕਿਉਂ ਤਾਂ ਅੱਖੀਆਂ ਮਿਲਾਈਆਂ ਦੋ ਅੰਗੂਠੀਆਂ ਕਿਉਂ ਪਾਈਆਂ
ਦਿੱਤੇ ਗਵਾਂ ਦੇ ਸਵੇਰੇ ਨੀ ਤੂੰ ਨਿਕਲੀ ਬੇਵਫਾ ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਤੂੰ ਬੇਵਫਾ ਅੱਗੇ ਤੇਰੀ ਅੱਖੀਆਂ ਚ ਲੱਗਦੀ ਸ਼ੈਤਾਨੀ ਕੁੜੀਏ ਕਿਸੇ ਹੋਰ ਦੀ ਤੂੰ ਲੱਗਦੀ ਦੀਵਾਨੀ ਕੁੜੀਏ ਪਿਆਰ ਕੀਤਾ ਮੈਂ ਬਥੇਰਾ ਪਰ ਤੂੰ ਰੱਖਿਆ ਅੰਧੇਰਾ ਝੂਠੇ ਵਾਦੇ ਸੀ ਤੇਰੇ ਨੀ ਨਿਕਲੀ ਅਮਾਊਂਟ ਵੀ ਦੱਸਦਾ ਉਹ ਅਮਾਊਂਟ ਤਾਂ ਬੋਲਿਆ ਨੀ ਮੈਂ ਸ਼ੋਕੀ ਯਾਰ ਮੈਂ ਪੈਸੇ ਪਾਏ ਨੇ ਆਹ ਜਿਹੜਾ ਤੇਰਾ ਬੰਦਾ ਨੇ ਇਹਦੇ ਕਨੀ ਕੈਮਰਾ ਕਰ ਚੋ ਪੈਸੇ ਖਾਂਦਾ ਤੂੰ ਪੁੱਛੇ ਤੂੰ ਪੈਸੇ ਖਾ ਜਾਂਦਾ ਸਿੰਗਰ ਦੇ ਵਿਚਾਰੇ ਦੇ ਇਹਨੂੰ ਪਤਾ ਨਹੀਂ ਯਾਰ ਮੇਰੇ ਖਾਤੇ ਚੱਲ ਹੁਣ ਤਾਂ ਕਰੇ ਨੇ ਆਪਾਂ ਇਹਦੇ ਸਾਹਮਣੇ ਹੁਣ ਤਾਂ ਕਰਾ ਪਿੱਛੋਂ ਪਤਾ ਨਹੀਂ 60 ਪਤਾ ਨਹੀਂ 50 ਰੁਪਏ ਚ ਕਰਕੇ ਲਿਆਂਦਾ 300 ਰੁਪਏ ਆਪ ਲੈਂਦਾ ਇਹਨੂੰ ਪਤਾ ਨਹੀਂ ਦੰਦੇ ਤੇ 50 ਰੁਪਏ ਥੋੜੀ ਰੇਟ ਮੇਰਾ ਵਾਦੇ ਕਿੰਨਾ ਵਾਦੇ ਰੇਟ ਉਹ ਮੈਨੂੰ ਤੇ ਲੱਗਿਆ 50 ਪਰ ਇਹ ਫਿਰ 300 ਰੁਪਏ ਖਾਦਾ ਪਵਾਉਂਦਾ ਇਹ 300 ਪਵਾਉਂਦਾ ਇਹ ਆਪਦਾ ਪਵਾਉਂਦਾ ਇਹ 200 ਵਿੱਚੋਂ 100 ਦਿੰਦਾ ਮੈਨੂੰ ਹਾਂ ਕਹਿੰਦਾ ਮੈਂ ਆਪ ਰੱਖਦਾ ਇਹ ਕੰਪਨੀ ਮੈਂ ਕੰਪਨੀ ਨੂੰ ਗੀਤ ਦੇ ਜਾਣਾ ਫਿਰ ਕੰਪਨੀ ਕੰਪਨੀ ਦਾ ਬੰਦਾ ਵੇ ਚਾਲ ਦਾ ਟਾਈਮ ਹੈ ਤੁਰੇ ਕਹਿੰਦਾ ਜਿਵੇਂ ਟਾਇਰ ਪੈਂਚਰ ਹੋਇਆ ਨਹੀਂ ਜਾਂਦਾ ਐਂਟਰੀ 300 ਰੁਪਏ ਕਦੋਂ ਮਾਰੀ ਸੀ ਤੂੰ ਬਿਲੋ ਕਿਹੜੇ ਕੰਮ ਨੀ ਆਏ ਪਵੇ ਜਿੱਡੇ ਕੱਦ ਵਾਲੀ ਮੱਥਾ ਟੇਕ ਚੜਨਾ ਵੀ ਮੱਥਾ ਟੇਕੇ ਕਿਹੜੇ ਰਸਤੇ ਪੈਣੀ ਹੈ ਲੰਬੇ ਸਫ਼ਰ ਤੇ ਜਾਣਾ ਇੱਕ ਲੋਕਲ ਰਹਿਣੀ ਹੈ ਕਿਆ ਬੀਬੀ ਬੈਬੀ ਆ ਚੁੱਪ ਕਰਕੇ ਅਸੀਂ ਤਾਂ ਜੀਨੇ ਆ ਮਰ ਮਰ ਕੇ ਧੱਕੇ ਨਾਲ ਸਟਾਰਟ ਕਰਕੇ ਇੱਥੇ ਮਸਾ ਲਿਆਉਂਦੀ ਹੈ ਹੁਣ ਕਿਵੇਂ ਮੈਂ ਕਹਿ ਦਵਾਂ ਕਬਰਾਂ ਨੂੰ ਜਾਂਦੀ
ਜਿੰਨੀ ਪੇਮੈਂਟ ਹੋਈ ਓਨੀ ਹੈ ਜਿਵੇਂ ਹੁਣ ਮੰਨ ਕੇ ਤੈਨੂੰ 300 ਰੁਪਏ ਹੋਰ ਪੇਮੈਂਟ ਕਰ ਦੇ ਕੀ ਤੋਰ ਸੁਣਾ ਦੇ ਨਾ 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 ਇੱਕੇ ਦਿਨ ਨਹੀਂ ਕਰਨੇ ਸਾਰਾ ਖਰਚਾ ਬਾਈ ਯਾਰ ਕਿੰਨਾ 300 ਰੁਪਏ ਚਾਹ ਪੀ ਜਾਣਾ ਮੈਂ ਆਮਲੀ ਬੰਦੇ ਰਹਿੰਦੇ ਮੇਰੇ ਨਾਲ ਯਾਰ ਇਹ ਆਪ ਖਾਂਦਾ ਪੈਸੇ ਮੈਂ ਤੁਹਾਨੂੰ ਕਹਿ ਰਿਹਾ ਸੁੱਕਾ ਮਾਲ ਖਾਂਦਾ ਹੈ ਦਾਰੂ ਨਹੀਂ ਪੀਂਦਾ ਦਾਰੂ ਨਹੀਂ ਮੈਂ ਪੀਂਦਾ ਕਿ ਸਾਡੇ ਘਰ ਜਗ੍ਹਾ ਆ ਅੱਛਾ ਸੁੱਕਾ ਮਾਲ ਖਾਂਦਾ ਫੇਰ ਹੁਣ ਕਹਿੰਦੇ ਮੈਂ ਦਾਰੂ ਗਈ ਮੈਂ ਇੱਥੇ ਇੱਕ ਕੁੱਟੇ ਆ ਸਟੇਜ ਤਾਂ ਢਾਤੀ ਯਾਰ ਸਿਕਿਉਰਿਟੀ ਤਕੜੀ ਰਹਿਣੀ ਚਾਹੀਦੀ ਜੈਡ ਪਲੱਸ ਹੈ ਭੇਡਾਂ ਵਾਲਿਆ ਵੀਰਾ ਵੇ ਦੱਸ ਬੱਕਰੀਆਂ ਵਾਲੇ ਕਿਹੜੇ ਨੇ ਡਾਕਟਰ ਨੇ ਪੰਗਾ ਪਾ ਦਿੱਤਾ ਕਹਿੰਦਾ ਸੈੱਲ ਕਿੱਟੇ ਹੋਏ ਇਹਦੇ ਨੇ ਬੱਕਰੀ ਦੇ ਦੁੱਧ ਦੀ ਲੋੜ ਮੈਨੂੰ ਮੈਂ ਡੇਲੀ ਹਫ਼ਤਾ ਆਉਂਦੀ ਹੀਰੋ ਤੂੰ ਪੈਸੇ ਲੈ ਲੈ ਜਾ ਵੀਰਾ ਕਹਿ ਜਾ ਦੁੱਧ ਬਟਾ ਕੇ ਲਿਆਉਂਦੀ ਨੂੰ ਚੱਥਣ ਫੜ ਕੇ ਦੇਖ ਲੈ ਤੂੰ ਵੀਰੀ ਕੋਈ ਪਹਿਲਾਂ ਚੌਕੇ ਲੈ ਗਿਆ ਨੀ ਚਾਤਰੀ ਤਰ੍ਹਾਂ ਹੀ ਰਹਿ ਗਈ ਨੀ ਸਾਨੂੰ ਤਾਂ ਪੰਗਾ ਪੈ ਗਿਆ ਨੀ ਕੋਈ ਕਦਰ ਨਾ ਪਾਵੇ ਪਾਲੀ ਦੀ ਤੇਰੇ ਵਰਗੀ ਗਾਲਾਂ ਘੜਦੀ ਹੈ ਤੇਰੀ ਬੱਕਰੀ ਮੁੱਛ ਗਈ ਫੁੱਲ ਸਾਡੇ ਪਾਲੀ ਤੇ ਦੁਨੀਆ ਲੱਗਦੀ ਇੱਕ ਆ ਥਾਣਾ ਵਾਲਾ ਪਹਿਲਾਂ ਦੁਬਾਰਾ ਹੋ ਜੇ ਫੋਕਸ ਕਰਕੇ ਬੇਟਾ ਮੜਾ ਜਾ ਹਾਂ ਬਾਜ ਜੀ ਇਹ ਤੇ ਕੱਲੇ ਦੇ ਫੋਕਸ ਕਰ ਹਾਂ ਬਾਜ ਗੂੰਜ ਰਹੀ ਹੈ ਹਾਂ ਕਿ ਥਣ ਫੜ ਕੇ ਦੇਖ ਲੈ ਤੂੰ ਬੀਬੀ ਕੋਈ ਪਹਿਲਾਂ ਚੋਕੇ ਲੈ ਗਿਆ ਨੀ ਚਾਤਰੀ ਤਰਾਈ ਰਹਿ ਗਈ ਨੀ ਸਾਨੂੰ ਤਾਂ ਪੰਗਾ ਪੈ ਗਿਆ ਨੀ ਕੋਈ ਕਦਰ ਨਾ ਪਾਵੇ ਖਾਨ ਬਾਈ ਤੇਰੇ ਵਰਗੀ ਗਾਲਾਂ ਘੜਦੀ ਹੈ ਤੇਰੀ ਬੱਕਰੀ ਮੁੱਛ ਗਈ ਫੁੱਲ ਸਾਡੇ ਸਟੇਜ ਕਰ ਦੇ ਖਤਮ ਫੋਲਡ ਕਰ ਸਟੇਜ